ਰਵਨੀਤ ਬਿੱਟੂ ਬਾਰੇ ਗੱਲ ਕਰ ਲਈਏ, ਉਹ ਹਾਂਜੀ ਉਹਨਾਂ ਹਾਂਜੀ ਦਾ ਵੀ ਥੋੜ੍ਹਾ ਜਿਹਾ ਕੋਈ ਨਾ ਕੋਈ ਮਸਲਾ ਪਿਆ ਹੀ ਰਹਿੰਦਾ, ਖਬਰਾਂ 'ਚ ਆ ਹੀ ਰਹਿੰਦੇ ਹੈ। ਹੁਣ ਹਰਿਆਣਾ ਤੋਂ ਰਾਜ ਸਭਾ ਦੇ ਵਿੱਚ ਜਾਣ 'ਤੇ ਉਹਨਾਂ ਦੇ ਸਾਥੀਆਂ ਵੱਲੋਂ ਵਿਰੋਧ ਹੋ ਰਿਹਾ, ਜੀ ਕੀ ਪੂਰਾ ਮਾਮਲਾ ਪੈ ਗਿਆ ਜੀ? ਦੇਖੋ, ਰਵਨੀਤ ਬਿੱਟੂ ਕੇਂਦਰੀ ਵਜ਼ਾਰਤ ਦੇ ਵਿੱਚ ਨੇ ਅਤੇ ਕੇਂਦਰੀ ਵਜ਼ਾਰਤ ਦੇ ਵਿੱਚ ਉਹ ਹਾਰ ਕੇ ਗਏ ਆ। ਪੰਜਾਬੀਆਂ ਨੇ ਨਾ ਇੱਦਾਂ ਕਹਿ ਲਓ ਕਿ ਕਈਆਂ ਦੀ ਕਿਸਮਤ ਚਮਕਾਈ ਹੈ, ਹਰਾ ਦਿੰਦੇ ਆ ਅਤੇ ਉਹ ਉਤਲੇ ਫੜ ਲੈਂਦੇ, ਉਤਲੇ ਜਿਹੜੇ ਉਹ ਉਹਨਾਂ ਨੂੰ ਵਜ਼ਾਰਤ 'ਚ ਸ਼ਾਮਿਲ ਕਰਾ ਦਿੰਦੇ ਜੀ, ਆ। ਚਾਹੇ ਪੁਰੀ ਸਾਹਿਬ ਹੋਣ, ਚਾਹੇ ਪਹਿਲਾਂ ਅਰੁਣ ਜੇਤਲੀ ਸਨ ਜੀ, ਹੁਣ ਰਵਨੀਤ ਬਿੱਟੂ ਜੀ। ਤਾਂ ਮਤਲਬ ਕਿ ਇਸ ਤਰ੍ਹਾਂ ਹਾਰੇ ਹੋਏ ਪੰਜਾਬ, ਦੇਖੋ ਇੰਨੀ ਬਲੈਸਡ ਧਰਤੀ ਹੈ ਕਿ ਇੱਥੇ ਹਾਰੇ ਬੰਦਿਆਂ ਦਾ ਵੀ ਕਹਿ ਲਓ ਕੋਈ ਨਾ ਕੋਈ ਤਣ ਪੱਤਣ ਲੱਗ ਜਾਂਦਾ ਵਿੜਾ ਜੀ, ਅਤੇ ਰਵਨੀਤ ਬਿੱਟੂ ਦਾ ਵੀ ਲੱਗ ਗਿਆ, ਚੌਲਾ ਚੱਲ ਗਿਆ ਜੀ ਜੀ। ਹੁਣ ਮਸਲਾ ਇਹ ਕਿ ਇਹ ਇਲੈਕਸ਼ਨ ਹਾਰੇ ਨੇ ਅਤੇ ਕੇਂਦਰੀ ਵਜ਼ਾਰਤ ਦੇ ਵਿੱਚ ਜਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਜੇ ਵਜ਼ਾਰਤ 'ਚ ਜਾਣਾ ਜੀ ਤਾਂ ਤੁਹਾਨੂੰ ਸਦਨ ਦੀ ਮੈਂਬਰਸ਼ਿਪ ਲੈਣੀ ਜ਼ਰੂਰੀ ਹੈ ਜੀ। ਤਾਂ ਉਸੇ ਤਰ੍ਹਾਂ ਕੇਂਦਰੀ ਵਜ਼ਾਰਤ ਦੇ ਵਿੱਚ ਜਾਂ ਤਾਂ ਲੋਕ ਸਭਾ ਦਾ ਮੈਂਬਰ ਬਣ ਕੇ ਆਓ ਜਾਂ ਰਾਜ ਸਭਾ ਦੀ ਮੈਂਬਰੀ ਲਓ। ਹੁਣ ਇਹਨਾਂ ਦੀ ਰਾਜ ਸਭਾ ਦੀ ਮੈਂਬਰੀ ਦੀ ਵਿੰਡੋ ਖੋਲ ਰਹੇ ਸੀਗੇ ਹਰਿਆਣੇ ਵਾਲੇ ਪਾਸੇ। ਹਾਂਜੀ, ਹਰਿਆਣੇ 'ਚ ਕਹਿੰਦੇ ਕਿ ਬਈ ਉਹ ਹੁੱਡਾ ਸਾਹਿਬ ਜਿਹੜੇ ਆ ਉਹ ਤਾਂ ਗਏ ਚਲੇ, ਹੁਣ ਲੋਕ ਸਭਾ 'ਚ ਰਾਜ ਸਭਾ ਦੀ ਛੱਡ ਗਏ ਆ ਗੱਦੀ, ਅਤੇ ਕਿਉਂ ਨਾ ਆਪਾਂ ਬਿੱਟੂ ਜੀ ਨੂੰ ਇੱਧਰੋਂ ਭੇਜ ਦਈਏ ਜੀ। ਅਤੇ ਉਹ ਉੱਥੇ ਭਾਜਪਾ ਵਾਲੇ ਦੁਆਲੇ ਹੋ ਗਏ, ਉਹਨਾਂ ਨੇ ਤਾਂ ਸ਼ਾਇਦ ਲਿਖਤੀ ਵੀ ਭੇਜ ਦਿੱਤਾ। ਉਹ ਕਹਿੰਦੇ ਕਿਉਂ, ਇਹ ਕੀ ਲੱਗਦਾ ਬਈ, ਕਮਾਲ ਦੀ ਗੱਲ। ਪਹਿਲਾਂ ਤਾਂ ਇਹ ਦੱਸੋ ਕਿ ਸਾਡੇ ਜਿਹੜੇ ਇੰਨੇ ਮਾਮਲੇ ਪੈਂਡਿੰਗ ਪਏ ਨੇ ਜੀ, ਸਾਡੇ ਝਗੜੇ ਆਪਸ ਦੇ ਵਿੱਚ, ਉਹਦੇ 'ਤੇ ਇਹਨਾਂ ਦਾ ਕੀ ਸਟੈਂਡ ਆ ਜੀ? ਪਾਣੀ ਤੋਂ ਲੈ ਕੇ ਰਾਜਧਾਨੀ, ਉਹ ਹੈਗੇ ਨੇ ਝਗੜੇ ਤਾਂ ਹੈਗੇ ਪੰਜਾਬ ਹਰਿਆਣਾ ਤੇ, ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਉਹ ਕਹਿੰਦੇ ਪਹਿਲਾਂ ਇਹਨੂੰ ਪੁੱਛੋ ਤੇ ਸੀ ਇਹ ਕਿੱਥੇ ਕੋ ਖਲੋਂਦੇ ਆ। ਤੇ ਦੂਜੀ ਗੱਲ ਆ, ਉਹ ਕਹਿੰਦੇ ਵੀ ਇੱਕ ਨਾਰ ਤੇ 36 ਤੇ ਇੱਥੇ ਬਿਮਾਰ ਨੇ, ਉਧਰੋਂ ਰਾਮ ਵਿਲਾਸ ਜੀ ਕਹੀ ਜਾਂਦੇ ਆ ਮੈਂ ਬੰਨਾ, ਉਧਰੋਂ ਉਹ ਬੀਬੀ ਚੌਧਰੀ ਆ ਗਈ, ਉਹਦੀ ਕੁੜੀ ਆ ਸ਼ਰੂਤੀ ਕਿਰਨ ਚੌਧਰੀ ਦੀ, ਉਹ ਦਾਅਵੇਦਾਰ ਆ। ਉੱਥੇ ਤੇ 36 ਦਾਅਵੇਦਾਰ ਹੋਰ ਆ ਜੀ। ਗਿਆਨ ਚੰਦ ਹੁੰਦੇ ਸਨ ਵਿਧਾਨ ਸਭਾ ਦੇ, ਇਹਨਾਂ ਦੇ ਸਪੀਕਰ, ਉਹ ਕਹਿੰਦੇ ਯਾਰ ਮੈਨੂੰ ਵੀ ਭੇਜ ਦਿਓ, ਮੈਂ ਵੀ ਗੇੜੇ ਗੁੜੇ ਬਹੁਤ ਮਾਰਦਾ ਦਿੱਲੀ। ਯਾਨੀ ਉੱਥੇ ਜਿਹੜੇ ਦੂਜੇ ਦਾਅਵੇਦਾਰ ਸੀ ਉਹਨਾਂ ਨੇ ਵਿੱਚੋਂ ਚੱਕਤਾ ਕੰਮ, ਜਿੰਦ ਕੱਲੀ ਤੇ ਮੁਲਾਜ਼ੇਦਾਰ ਵਾਲੇ। ਤਾਂ ਰਵਨੀਤ ਬਿੱਟੂ ਨੂੰ ਹੁਣ ਪੰਗਾ ਪੈ ਗਿਆ ਵੀ ਮੈਂ ਜਾਵਾਂ ਤੇ ਜਾਵਾਂ ਕਿੱਥੋਂ, ਕਿਉਂਕਿ ਇੱਥੇ ਦਾ ਸੌਖਾ ਲੱਗਣਾ ਹੈ ਨਾ ਜੀ। 90 ਵਿਧਾਨ ਸਭਾ ਸੀਟਾਂ ਜੀ ਤੇ ਸਰਕਾਰ ਉਹ ਚਲਾ ਰਹੇ ਆ, ਤਾਂ ਮਤਲਬ ਕਿ ਉਹਨਾਂ ਕੋਲ 46-47 ਤਾਂ ਹੈ ਹੀ ਨਾ ਐਟਲੀਸਟ ਜੀ ਜੀ। ਅਤੇ ਜਿਹੜੀ ਕਹਿ ਲਓ ਕਿ ਰਾਜ ਸਭਾ ਦੀ ਮੈਂਬਰੀ ਆ ਉਹਦੇ ਵਾਸਤੇ ਤਾਂ ਬਸ ਤੁਹਾਨੂੰ ਪਤਾ ਹੀ ਆ ਕਿ ਜਿੰਨੇ ਕੁ ਚਾਹੀਦੇ ਉਹਨੇ ਕੁ ਉਹਨਾਂ ਦੇ ਕੋਲ ਹੈਗੇ ਵਾਧੂ ਆ, ਬਿਲਕੁਲ ਉਹਨਾਂ ਨੂੰ ਕੋਈ ਦਿੱਕਤ ਹੀ ਨਹੀਂ ਹੈਗੀ ਜੀ। ਸੋ ਇਸ ਕਰਕੇ ਰਵਨੀਤ ਬਿੱਟੂ ਇੱਥੋਂ ਈਜ਼ਲੀ ਜਾ ਸਕਦੇ ਸੀ ਦਿੱਲੀ, ਪਰ ਲੱਗਦਾ ਕਿ ਹਾਲੇ ਥੋੜ੍ਹਾ ਸਮਝਾਉਣਾ ਵਜਾਉਣਾ ਪੈਣਾ, ਕਿਉਂਕਿ ਕੁਲਦੀਪ ਬਿਸ਼ਨੋਈ ਆ ਉੱਧਰ, ਉਹਨਾਂ ਦਾ ਬੜਾ ਲੀਡਰ, ਉਹ ਵੀ ਕਹਿੰਦਾ ਯਾਰ ਮੈਨੂੰ ਭੇਜੋ, ਸਾਨੂੰ ਕੀ ਹੋਇਆ। ਤਾਂ ਇਸ ਕਰਕੇ ਰਵਨੀਤ ਬਿੱਟੂ ਕਿਉਂਕਿ ਪੰਜਾਬ ਤੋਂ ਨੇ, ਉਹਨਾਂ ਦੀ ਉੱਥੇ ਵਿਰੋਧਤਾ ਵੀ ਮੁਖਾਲਫਤ ਵੀ ਜਿਹੜੀ ਆ ਅੰਦਰ ਖਾਤੇ ਹੋਣ ਡਈ ਆ ਜੀ। ਅੰਮ੍ਰਿਤਪਾਲ ਸਿੰਘ ਜੀ ਕਹਿ ਰਹੇ ਨੇ ਕਿ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਭਾਜਪਾ ਦੇ ਵਿੱਚ ਤਾਂ ਵਿਰੋਧ ਹੀ ਨਹੀਂ ਹੁੰਦਾ। ਗੁਰਜੰਟ ਜੀ ਕੰਟਰੀਬਿਊਸ਼ਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਉਹਨਾਂ ਦਾ ਵਿਰੋਧ ਜਿਹੜਾ ਨਾ ਉਹ ਇਦਾਂ ਨਹੀਂ ਹੁੰਦਾ, ਇਹ ਤੇ ਮੁੜ ਕੇ ਛਤਰੋ ਛਤਰੀ ਹੋ ਜਾਂਦੇ ਨੇ ਕੁਛ ਹੱਦ ਤੱਕ, ਚਲੋ ਗੱਲਾਂ ਆ ਜਾਂਦੀਆਂ ਪਬਲਿਕ ਡੋਮੇਨ 'ਚ। ਉਹਨਾਂ ਦਾ ਜਿਹੜਾ ਵਿਰੋਧ ਆ, ਦੇਖ ਲਓ ਪਾਰਟੀ ਫੋਰਮ 'ਤੇ ਹੀ ਕੀਤਾ ਉਹਨਾਂ ਨੇ, ਪਾਰਟੀ ਫੋਰਮ 'ਤੇ ਜਾ ਕੇ ਉਹਨਾਂ ਨੇ ਕਿਹਾ ਜੀ ਕਿ ਦੇਖੋ ਜੀ ਇੱਕ ਤਾਂ ਸਟੈਂਡ ਜਿਹੜਾ ਸਪਸ਼ਟ ਕਰਵਾਓ ਬਿਲਕੁਲ ਕਿ ਕੀ ਇਹਨਾਂ ਦਾ ਰੋਲ ਰਹੇਗਾ, ਅਤੇ ਦੂਜੀ ਗੱਲ ਇਹ ਆ ਕਿ ਬਾਈ ਜਿਹੜੇ ਇੱਥੋਂ ਦੇ ਦਾਅਵੇਦਾਰ ਆ, ਇੱਥੋਂ ਦੇ ਜਿਹੜੇ ਲੀਡਰ ਆ, ਉਹਨਾਂ ਦਾ ਕੀ ਕਰਿਆ ਜਾਊਗਾ ਜੀ ਜੀ ਜੀ। ਜਸਪਾਲ ਬੁੱਟਰ ਜੀ ਕਹਿ ਰਹੇ ਨੇ ਕਿ ਸ਼ੇਅਰ ਵਾਲਾ ਕੰਮ ਖਿੱਚ ਦਿਓ, ਅਤੇ ਜਸਪਾਲ ਜੀ ਅਸੀਂ ਵੀ ਵਾਰੀ ਵਾਰੀ ਗੁਜ਼ਾਰਿਸ਼ ਕਰਦੇ ਰਹਿੰਦੇ ਹਾਂ ਦੋਸਤਾਂ ਨੂੰ ਕਿ ਖਿੱਚ ਦਿਓ, ਨੇੜੇ ਜੇ ਪਹੁੰਚ ਗਏ ਅੱਜ ਤਾਂ ਆਪਾਂ, ਸਾਨੂੰ ਵੀ ਹੌਸਲਾ ਜਿਹਾ ਹੋ ਜੂਗਾ, ਜਦੋਂ ਨਾਲ ਇੱਕ ਦੇ ਕੇ ਜੇ ਲੱਗ ਜਾਂਦੇ ਨੇ ਕੇ, ਉਹ ਫਿਰ ਵਾਹ ਵਾਹ ਹੌਸਲਾ ਲੱਗ ਜਾਣੇ ਆ, ਲੱਗ ਜਾਣੇ ਕੇ ਕਈ ਲੱਗ ਜਾਣੇ ਆ ਜੀ, ਤੁਸੀਂ ਗੱਲਾਂ ਕਿਹੜੀਆਂ ਕਰਦੇ ਜੇ।
ਬਾਬੇ ਤੁਹਾਡੇ ਸਾਥੀ ਪੁਰਾਣੇ ਨੇ ਤੇ ਮੈਨੂੰ ਤਾਂ ਤੁਹਾਡੇ ਕਰਕੇ ਜ਼ਿਆਦਾ ਹੌਸਲਾ ਨਹੀਂ ਹੁਣ ਤੇ ਤੁਹਾਡੇ ਵੀ ਸਾਥੀ ਨੇ ਖਿੱਚਿਆ ਜਾਣਾ ਕੰਮ ਕੋਈ ਚੱਕਰ ਨਹੀਂ ਹੈਗਾ ਜੀ ਕਈ ਵਾਰ ਹੁੰਦਾ ਸਤਨਾਮ ਪਾਲੀ ਇਹ ਕਹਿੰਦੇ ਕਿ ਜੇ ਹਾਈ ਕਮਾਂਡ ਬਿੱਟੂ ਨਾਲ ਖੜ ਗਈ ਤਾਂ ਕਿਸੇ ਨੇ ਨਹੀਂ ਕੁਸਕਣਾ ਆ ਇਹ ਤੇ ਬਿਲਕੁਲ ਇਹਨਾਂ ਦੀ ਗੱਲ ਸਹੀ ਆ ਕਿ ਉਹ ਫਿਰ ਹੁੰਦਾ ਤਾਂ ਇੰਟਰਨਲ ਪੋਲਿਟਿਕਸ ਦਾ ਜਗਾੜੀ ਹੈ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦਾਅਵੇਦਾਰ ਉਹ ਆਪ ਨੇ ਜੀ ਜੀ ਤੇ ਉਹ ਚਾਹੁੰਗੇ ਕਿ ਯਾਰ ਸਾਡੇ ਚੋਂ ਕੋਈ ਬਣੇ ਤਾਂ ਫਿਰ ਤੁਹਾਨੂੰ ਪਤਾ ਹੈ ਬੰਦੇ ਖੜੇ ਕਰ ਦਿੱਤੇ ਜਾਂਦੇ ਕਿ ਨਹੀਂ ਜੀ ਨਹੀਂ ਪਹਿਲਾਂ ਆਹ ਗੱਲ ਕਰੋ ਜੀ ਉਹ ਕਰੋ ਫਿਰ ਉਹ ਜਿਹੜੇ ਵੱਡੇ ਲੀਡਰ ਹੁੰਦੇ ਉਹ ਸਮਝਾ ਦਿੰਦੇ ਆ ਕਿ ਤੁਹਾਨੂੰ ਆਹ ਦੇ ਦਿਆਂਗੇ ਤੈਨੂੰ ਆਹ ਇੱਧਰ ਸੈੱਟ ਕਰ ਦਿਆਂਗੇ ਫਿਰ ਹੌਲੀ ਹੌਲੀ ਹੋ ਜਾਂਦੀ ਹੁੰਦੀ ਆ ਸੈਟਿੰਗ ਉੱਦਾਂ ਹੀ ਉੱਥੇ ਤੇ ਜਿਹੜੇ ਹੈਗੇ ਗੁਜਰਾਤ ਵਾਲੇ ਤਾਂ ਉਹ ਹੀ ਬੁਲਾ ਕੇ ਬੰਦੇ ਨੂੰ ਕਹਿ ਦੇਣਾ ਹਾਂ ਇਹ ਕਰਨਾ ਹੈ ਤੂੰ ਕਰਨਾ ਬਸ ਜਾਓ ਉਹ ਐਂ ਹੀ ਕਹਿੰਦੇ ਨੇ ਇਹ ਕਰਨਾ ਹੈ ਤੂੰ ਕਰਨਾ ਬਸ ਜਾਓ ਦੂਜੀ ਗੱਲ ਨਹੀਂ ਸੁਣਦੇ ਜੀ ਸੁਖਵੀਰ ਜੀ ਮੈਂ ਕਮੈਂਟ ਤੁਹਾਡਾ ਪੜ੍ਹ ਲਿਆ ਸੀ ਦੁਬਾਰਾ ਤੋਂ ਫਿਰ ਪੜ੍ਹ ਦਿੰਦਾ ਸਵਾਗਤ ਹੈ ਜੀ ਯੂਕੇ ਤੋਂ ਤੁਸੀਂ ਦੇਖ ਰਹੇ ਹੋ ਹੋਰ ਵੀ ਜਿਹੜੇ ਦੋਸਤ ਨੇ ਦੇਖ ਰਹੇ ਨੇ ਇੰਡੀਆ ਤੋਂ ਬਾਹਰ ਤੋਂ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਜੀ ਜੀ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਚੱਲੀਏ ਆਪਾਂ ਜੀ